एक खबर तुहानू दिखा रहे हां, जिला गुरदासपुर दे ब्लाक कादियां हलका श्री हरगोबिंदपुर साहिब दे पिंड थरीएवाल तो। इस पिंड विच लोग कट रहे ने नरक परी जिंदगी, देखो की है पूरा मामला। रिपोर्टर दविंदर सिंह। असी पहुंचे हां पिंड थरीएवाल ब्लाक श्री हरगोबिंदपुर साहिब जिला गुरदासपुर, जो कि वेख्या जा रहा है जिस तरह पिंड दे छप्पड़ां दा हाल वेख्या जावे ते गलियां भरियां होईयां पानी दे नाल। लागे वेख्या जाए तो गुरु गुरद्वारा श्री कलगीधर साहब गुरद्वारा साहब आ, तो लागे एक बहुत ही जो नरक भरिया छप्पड़ वा। जे वेख्या जाए तो असं लंघ नहीं सकते, कोई पानी बहुत ज़्यादा वा गांह तक गलियां, बच्चों आउंदा जांदा गुरद्वारा साहब जां स्कूलों आउंदे हन बहुत ही दिक्कत आउंदी। कोई दस्या कि कई लोग इत्थे आउंदे जांदे डिगदे भी हन। मतलब कि बच्चे जेड़े आडे बहुत स्कूल च जाते जख्म हो चुके पैरों च, मतलब कि गुरद्वारा बनया छप्पड़ का कोई यदा मसला हल नहीं होंगे है। मेरे ब्याह में 16 साल हो गए, इदा देखण डे है छप्पड़ गंदा पानी। साड़ी कोई सुनता नहीं, अं जेड़े वाली जाने वो कह दिता यदि ग्रांट ही नहीं आती, यदि ग्रांट जाती कितने सू तो पता नहीं लगता, कोई तो दसन सू है ना। सरपंच जीत सिंह नहीं पिंड जी रहिंदा वा, सानू कहिंदा सी वी तुसीं ग्राही कर लो 1000-1000 रुपया, कोई नहीं तुहाडा मसला हल करवा दांगा। मुड़के साडे 1000-1000 रुपया ग्राही कर चुके आ, मुड़के साडा किसी ने मसला हल किया ही नहीं हैगा। सारे घरां ने 20-25 घरां ने करीबन दिते इन्हां नूं, हुण जख्म पैरां च बच्चां दे हो चुके आ, हुण खारश हो के मतलब कि छिले ही गए पैर। वो दसो भी कौन इहदा जिम्मेवार हैगा वा। ਪੰਜਾਬ ਸਰਕਾਰ ਕੋ ਇਹੀ ਮੰਗ ਕਰਦੇ ਕਿ ਸਾਡਾ ਇਹ ਮਸਲਾ ਹੱਲ ਹੋਣਾ ਚਾਹੀਦਾ, ਜਦੋਂ ਮੀਂਹ ਆਉਂਦਾ ਸਾਡੇ ਘਰਾਂ 'ਚ ਪਾਣੀ ਜਾਂਦਾ ਹੈਗਾ। ਕੁਛ ਇੱਦਾਂ ਦੇ ਵੀ ਪਰਿਵਾਰ ਹੈਗੇ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਗਏ? ਹਾਂਜੀ, ਰਾਸ਼ਨ ਕਾਰਡ ਸਭਨਾਂ ਦੇ ਕੱਟੇ ਗਏ, ਕੋਈ ਇੱਦਾਂ ਦੀ ਜਿਹੜੇ ਅਮੀਰ ਉਹ ਖਾਣ ਡੇ, ਜਿਹੜੇ ਗਰੀਬ ਉਹ ਰੋਣ ਡੇ ਹੈਗੇ ਆ, ਕਿਸੇ ਦਾ ਵੀ ਨਹੀਂ ਹੈਗਾ ਹੈ। ਉਹ ਕਹਿੰਦੇ ਬੰਦੇ ਵਿਦੇਸ਼ ਲਿਖਾਏ, ਕੋਈ ਕਿਤੇ ਲਿਖਾਇਆ ਹੈਗਾ, ਇਹਦੀ ਜਾਂਚ ਤਾਂ ਕੀਤੀ ਜਾਵੇ ਚੰਗੀ ਤਰ੍ਹਾਂ। ਪਿੰਡ 'ਚ ਆਪੋ ਆਪਣੀ ਚੱਲਦੀ ਹੈਗੀ, ਦੁਨੀਆ ਦੀ ਤਾਂ ਸੁਣਦੇ ਹੀ ਨਹੀਂ ਹੈਗੇ। ਕਿੰਨੀਆਂ ਗਰਾਂਟਾਂ ਆ ਚੁੱਕੀਆਂ ਤੇ ਕਿੰਨੀਆਂ ਕੁ ਲੱਗ ਚੁੱਕੀਆਂ, ਕੋਈ ਜਾਤ ਕੋਈ ਤੁਹਾਨੂੰ ਪਤਾ ਹੋਵੇ ਕਿਹੜਾ ਵਿਕਾਸ ਹੋਇਆ? ਕਾਫੀ ਗਰਾਂਟਾਂ ਆਉਂਦੀਆਂ, ਸਾਨੂੰ ਕੋਈ ਦੱਸਦਾ ਹੀ ਨਹੀਂ ਹੈਗਾ ਪਿੰਡ ਵਾਲਿਆਂ ਨੂੰ। ਇਹ ਤਾਂ ਹੁਣ ਮੈਂਬਰਾਂ ਸਰਪੰਚਾਂ ਸੈਕਟਰੀਆਂ ਨੂੰ ਪਤਾ ਵਾ, ਚਾਹੇ MLA ਨੂੰ ਪਤਾ ਵੀ ਕੀ ਆਉਂਦਾ ਕੀ ਨਹੀਂ ਆਉਂਦਾ ਹੈਗਾ। ਜਨਤਾ ਦੇ ਸਿਰਫ ਵੋਟਾਂ ਹੀ ਪਾਉਣ ਜੋਗੀ ਰਹਿ ਗਈ ਆ ਇਹਨਾਂ ਨੂੰ ਵੋਟਾਂ ਪਾਉਣ ਕਾਰਨ। ਤੇ ਹੁਣ ਕੋਈ ਸਰਕਾਰ ਸਾਨੂੰ ਖਰਚਾ ਵਰਚਾ ਦੇਵੇ ਤੇ ਫਿਰ ਹੀ ਨਿਕਲੇ ਪਾਣੀ ਦੇ ਸਾਲ, ਉਹ ਘਰ ਘਰ ਦੇ ਵਿੱਚ ਖਲੋਤਾ ਆ ਜੇ। ਵੇਖ ਲਓ ਹਰ ਬੂਹੇ ਦੇ ਗਾੜੀ ਪਾਣੀ ਆ, ਵਹਿਣੀਆਂ ਵੀ ਕੋਈ ਇਹ ਛੋਟੀਆਂ ਨਹੀਂ ਹੈਗੀਆਂ, ਵਹਿਣੀਆਂ ਵੀ ਕਮ ਸੋ ਕਮ 2-2 ਫੁੱਟ ਦੀ ਡੂੰਘੀਆਂ ਵਹਿਣੀਆਂ ਵਾ। ਪਿੰਡ 'ਚ ਕੋਈ ਗਰਾਂਟ ਆਈ ਨਹੀਂ, ਨਾ ਕੋਈ ਲੱਗੀ ਆ ਅਤੇ ਨਾ ਕੋਈ ਆਈ ਜੇ। ਜੀ ਜਿਹੜੀ ਆ ਗਰਾਂਟ ਇੱਕ ਆਈ, ਉਹਨਾਂ ਨੇ ਟੋਟਾ ਇੱਕ ਬਣਾ ਦਿੱਤਾ ਸੀਗਾ, ਮੇਰਾ ਖਿਆਲ ਆ ਇਹ ਘੱਟ ਤੋਂ ਘੱਟ 200 ਫੁੱਟ ਦੇ ਏੜ ਗੇੜ ਹੋਣਾ ਵਾ, ਅਤੇ ਹੁਣ ਫਿਰ ਗਾੜੀ ਇੰਨਾ ਕੁ ਫਿਰ ਬਣਾਇਆ ਜੇ, ਸਾਲ ਬਾਅਦ ਬਣਾਇਆ ਜੇ। ਅਤੇ ਛੱਪੜ ਵਾ, ਛੱਪੜ ਦਾ ਗਲੀਆਂ 'ਚ ਪਾਣੀ ਖਲੋਤਾ ਲਾ ਕੇ ਗੁਰਦੁਆਰਾ ਸਾਹਿਬ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਕਹਿਣਾ ਤਾਂ ਜੀ ਉਹ ਕਹਿੰਦੇ ਆ ਕਿ ਬਣਨਾ ਚਾਹੀਦਾ ਵਾ, ਕਰ ਬਣਾਉਂਦਾ ਕੋਈ ਹੈ ਨਹੀਂ ਗਾ, ਕਹਿ ਜਾਂਦੇ ਵੀ ਅਸੀਂ ਬਣਾ ਦਿੰਦੇ ਹਾਂ ਅਤੇ ਬਣਾਉਂਦਾ ਨਹੀਂ ਮੁੜ ਕੇ। ਪੰਜਾਬ ਸਰਕਾਰ ਮੰਗ ਕਰਦੇ ਕਿੱਦਾਂ ਦਾ ਕੰਮ ਹੋਣਾ ਚਾਹੀਦਾ? ਕੰਮ ਤਾਂ ਜੀ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਸੀਗੇ ਕਿ ਆਪਾਂ ਇੱਥੇ ਰੰਗਲਾ ਪੰਜਾਬ ਬਣਾਉਣਾ ਵਾ, ਅਤੇ ਰੰਗਲੇ ਦੀ ਬਜਾਏ ਹੁਣ ਸਾਨੂੰ ਤਾਂ ਜਾਪਦਾ ਗੰਦਲਾ ਪੰਜਾਬ ਬਣਾਉਣ ਡਏ ਆ। ਹਾਂਜੀ ਹੁਣ ਅਤੇ ਹੁਣ ਉਹਦੇ ਕਹਿਣ ਮੁਤਾਬਕ ਤਾਂ ਨਹੀਂ ਗਾ ਇਹ ਰੰਗਲਾ ਬਣ ਜਾਣਾ, ਜੇ ਤਾਂ ਰੰਗਲਾ ਬਣਾਊਂਗਾ ਤਾਂ ਫਿਰ ਹੀ ਬਣੂੰਗਾ। ਸਤਿ ਸ਼੍ਰੀ ਅਕਾਲ ਮਹਾਰਾਜ, ਸਤਿ ਸ਼੍ਰੀ ਅਕਾਲ। ਮੈਂ ਜੀਤ ਸਿੰਘ, ਸਰਪੰਚ ਪਿੰਡ ਥਰੀਏਵਾਲ ਜੀ। ਸਰ, ਜਿਹੜੀ ਪਿੰਡ ਵਾਸੀਆਂ ਦੀ ਸਮੱਸਿਆ ਆ ਰਹੀ ਆ ਪਾਣੀ ਦੀ ਜਾਂ ਛੱਪੜਾਂ ਦੀ ਗਲੀਆਂ ਦੀ, ਇਹ ਕੀ ਕਾਰਨ? ਇਹ ਜੀ ਆਪਣੇ ਇਹਨਾਂ ਦੀ ਅਜੇ ਤੱਕ ਸਪਨਾ ਦੀ ਸਾਡੇ ਕੋਲ ਗਰਾਂਟ ਨਹੀਂ ਆਈ, ਅਤੇ ਜਦੋਂ ਵੀ ਗਰਾਂਟ ਆਊਗੀ ਆਪਾਂ ਸਪਨਾ ਦਾ ਕੰਮ ਜ਼ਰੂਰ ਕਰਾਵਾਂਗੇ। ਅਤੇ ਹੋਰ ਵਿਕਾਸ ਪੱਖੋਂ ਸਾਡੇ ਪਿੰਡ ਨੇ ਗਲੀਆਂ ਨਾਲੀਆਂ ਸਭ ਕੁਝ ਮੈਂ ਬਣਾਇਆ ਵਾਂ ਸਰਕਾਰ ਦੇ ਨਾਲ। ਕਿੰਨੀ ਵਾਰੀ ਤੁਸੀਂ ਸਰਪੰਚ ਬਣੇ? ਨਹੀਂ, ਇੱਕ ਵਾਰੀ ਬਣਿਆ ਜੀ।
हाँ किया सारे गलियां का किया इंटरलॉक लाई आ दूजा फ्री मिक्स पाई आ होर सारा काम ठीक आ जी सप्पणा दे पानी दे निकास जिहड़ी आ ओह घट वा घाट जिहड़ी आ ते सप्पणा दी आ सप्पणा दी घाट वा सिर्फ जी ਤੁਸੀਂ ਪੰਜਾਬ ਸਰਕਾਰ ਜਾਂ ਐਮ ਐਲ ਏ ਸਾਹਿਬ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਅਸੀਂ ਜੀ ਇਹੋ ਕਰਦੇ ਹਾਂ ਐਮ ਐਲ ਏ ਸਾਹਿਬ ਕੋਲ ਬੇਨਤੀ ਕਰਦੇ ਹਾਂ ਵੀ ਸਾਨੂੰ ਕੋਈ ਸਿੱਧੀ ਗ੍ਰਾਂਟ ਪਾਉਣ ਜਿਹੜਾ ਸਾਡਾ ਸੱਪੜਾਂ ਦਾ ਜਿਹੜਾ ਪਾਣੀ ਆ ਉਹ ਸੇਮ ਨਾਲੀਆਂ 'ਚ ਜਾਵੇ ਕਿੰਨੇ ਸੱਪੜ ਪਿੰਡ 'ਚ ਪਿੰਡ 'ਚ ਸੱਪੜ 3 ਵਾਂ ਜੀ ਠੀਕ ਹੈ 3 ਵਾਂ ਜੀ ਇੱਕ ਤਾਂ ਇੱਧਰ ਥੋੜ੍ਹਾ ਜਿਹਾ ਠੀਕ ਵਾ ਸਾਡੇ ਪਾਸੇ ਜਿਹੜਾ ਪਾਣੀ ਘੱਟ ਸੜਦੇ ਆ ਅਤੇ ਇੱਕ ਜਿਹੜੇ ਟੂਟੀਆਂ ਲਾਈਆਂ ਵਾ ਆਪਣੇ ਸਰਕਾਰ ਨੇ ਉਹ ਟੂਟੀਆਂ ਨਹੀਂ ਬੰਦ ਕਰਦੇ ਉਹ ਜ਼ਿਆਦਾ ਪ੍ਰੋਬਲਮ ਆ ਅਸੀਂ ਬੜੀਆਂ ਬੇਨਤੀਆਂ ਕੀਤੀਆਂ ਵੀ ਪਾਣੀ ਘੱਟ ਸੜੋ ਅਤੇ ਉਹ ਪਾਣੀ ਜ਼ਿਆਦਾ ਸੜਦੇ ਆ ਜੀ ਸਾਡੇ ਕਹਿਣ ਦੇ ਬਾਵਜੂਦ ਮੈਂ ਟੂਟੀਆਂ ਵੀ ਗਾੜੀ ਲਵਾ ਕੇ ਦਿੱਤੀਆਂ ਉਹਨਾਂ ਉਹ ਫਿਰ ਤੋੜ ਭੰਨ ਦਿੰਦੇ ਆ ਤੇ ਫਿਰ ਪਾਣੀ ਜਾਂਦਾ ਜੀ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਤੇ ਲਾਗੇ ਛੱਪੜ ਵਾ ਕਿੱਡਾ ਕੁ ਵੱਡਾ ਸੀ ਜਿਹੜਾ ਛੋਟਾ ਜਿਹਾ ਰਹਿ ਗਿਆ ਕੀ ਕਰ ਉਹ ਛੱਪੜ ਜੀ ਬਹੁਤ ਤਗੜਾ ਹੈਗਾ ਉਹਨਾਂ ਭੂਰ ਲਿਆ ਵਾ ਗੁਰਦੁਆਰੇ ਦਾ ਕਰਕੇ ਇਹ ਉਦੋਂ ਲੋਕ ਕੂਏ ਨੀਗੇ ਉਦੋਂ ਕਾਂਗਰਸ ਸਰਕਾਰ ਸੀ ਜੀ ਅਤੇ ਉਸ ਟਾਈਮ ਮੈਂ ਜਿਹੜੇ ਹੈਗੇ ਆ ਫੌਜੀ ਲਾਏ ਸੀਗੇ ਉਹਨਾਂ ਇਸੇ ਕੰਮ ਦੇਖਭਾਲ ਲਈ ਉਹਨਾਂ ਨੂੰ ਕਹਿ ਕੇ ਡੱਕਦਾ ਰਿਹਾ ਵਾਂ ਹਾਂਜੀ ਅਤੇ ਉਹ ਡੱਕੇ ਨਹੀਂ ਰਹੇ ਉਹਨਾਂ ਛੱਪੜ ਭੂਰ ਲਏ ਆ ਪਿੰਡ ਵਾਸੀਆਂ ਕਹਿੰਦੇ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ ਸਾਡਾ ਕੰਮ ਨਹੀਂ ਹੋ ਰਿਹਾ ਕੰਮ ਤਾਂ ਜੀ ਸਰਕਾਰ ਪੈਸੇ ਦਊ ਤਾਂ ਫੇਰ ਹੋਣੇ ਆ ਜਿਹੜੀ ਹੁਣ ਗ੍ਰਾਂਟ ਆਈ ਸੀ ਉਹ ਵੀ ਗਲੀ ਬਹੁਤ ਗੰਦੀ ਸੀ ਅਤੇ ਉਹ ਮੈਂ ਬਣਾਤੀ ਆ ਇੰਟਰਲੋਕ ਲਾ ਤੀ ਉੱਥੇ ਠੀਕ ਹੈ ਹਾਂਜੀ ਤੁਸੀਂ ਹੁਣ ਆਪਣੇ ਪੰਜਾਬ ਸਰਕਾਰ ਕਿਸ ਤਰ੍ਹਾਂ ਦੀ ਮੰਗ ਕਰ ਰਹੇ ਅਸੀਂ ਪੰਜਾਬ ਸਰਕਾਰ ਕੋਲ ਇਹੋ ਮੰਗ ਕਰ ਰਹੇ ਹਾਂ ਜੀ ਸਾਨੂੰ ਗ੍ਰਾਂਟ ਦੇਵੇ ਸਿੱਧੀ ਪੋਰਿਆਂ ਦੀ ਗ੍ਰਾਂਟ ਦੇਵੇ ਜਿਹੜਾ ਪਿੰਡ ਦਾ ਪਾਣੀ ਜਿਹੜਾ ਵਾ ਸੇਮ ਨਾਲੀ 'ਚ ਪੈ ਜਾਵੇ ਜਾ ਕੇ ਪ੍ਰੋਬਲਮ ਆਈ ਆ ਕੀ ਸਮੱਸਿਆ ਆਈ ਆ ਪਿੰਡ ਵਿੱਚ ਸਮੱਸਿਆ ਇਹ ਆ ਜੀ ਸਾਡੇ ਇੱਥੇ ਐਮ ਐਲ ਏ ਆਉਂਦੇ ਆ ਲੀਡਰ ਆਉਂਦੇ ਆ ਕਹਿ ਜਾਂਦੇ ਆ ਕਰਦੇ ਕੁਝ ਹੈ ਨਹੀਂ ਵੋਟਾਂ ਲੈ ਜਾਂਦੇ ਗਰੀਬ ਬੰਦੇ ਹੁਣ ਤੁਹਾਡੀ ਕੀ ਸਮੱਸਿਆ ਬਣੀ ਹੈ ਤੁਹਾਨੂੰ ਇਦਾਂ ਬੋਲਣਾ ਪਿਆ ਜਿੱਦਾਂ ਸਾਡੇ ਪਾਣੀ ਦੀ ਸਮੱਸਿਆ ਦੇ ਨਿਆਣੇ ਨਗਰ ਦੇ ਸਕੂਲਾਂ ਇਹ ਜਿਹੜਾ ਪਾਣੀ ਆ ਰਿਹਾ ਵਾ ਕਾਹਦਾ ਆ ਰਿਹਾ ਵਾ ਛੱਪੜ ਦਾ ਕਿਸ ਤਰ੍ਹਾਂ ਘਰਾਂ ਦਾ ਵੀ ਹੋ ਸਕਦਾ ਘਰਾਂ ਦਾ ਪਾਣੀ ਛੱਪੜ ਦਾ ਵਿਕਾਸ ਹੋਊਗਾ ਤੇ ਫਿਰ ਲਾਗੇ ਛੱਪੜ ਦੇ ਲਾਗੇ ਕੋਈ ਧਾਰਮਿਕ ਸਥਾਨ ਗੁਰਦੁਆਰਾ ਸਾਹਿਬ ਦਾ ਨਾਂ ਗੁਰਦੁਆਰਾ ਕਲਗੀਧਰ ਸਾਹਿਬ ਲਾਗੇ ਗੁਰਦੁਆਰਾ ਵੀ ਆ ਤੇ ਤੁਸੀਂ ਇਹ ਸਰਪੰਚ ਨੂੰ ਕਿਹਾ ਵਾ ਬਣਾਉਣ ਵਾਸਤੇ ਹਾਂਜੀ ਸਰਪੰਚ ਨੂੰ ਕਿਹਾ ਜੋ ਉਹਨਾਂ ਦੀਆਂ ਗਲੀਆਂ ਪੱਕੀਆਂ ਆ ਜੀ ਤੋ ਸਰਪੰਚ ਕੀ ਆਂਦਾ ਵੀ ਮੈਂ ਨਹੀਂ ਬਣਾਉਣੀ ਸਰਪੰਚਾਂ ਨੇ ਬਣਾ ਦਾਂਗੇ ਕੋਈ ਕਹਿੰਦਾ ਵੀ ਸਰਪੰਚ ਨੇ ਇਹ ਕਿਹਾ ਵੀ ਕਿਰਾਈ ਕਰੋ ਕੋਈ ਨਹੀਂ ਬਣਾਉਂਦਾ ਕਿਰਾਈ ਕਰੀ ਜਾਂਦੇ ਸਰਕਾਰੀ ਕੰਮ ਨਾ ਭਾਜੀ ਉਦੋਂ ਮੈਂ ਸੀਗਾ ਤੇ ਆਹ ਮੁੰਡਾ ਸੀਗਾ ਆਹ ਜਿਹੜਾ ਗੱਡੀਆਂ ਕੇ ਕੱਢ ਕੱਢ ਕੇ ਇਹਦੇ ਵੀਡੀਓ ਵੇਖੋ ਵੀਡੀਓ ਦੇਖਿਓ ਅਸੀਂ ਗੱਡਰਾਂ ਵਿੱਚ ਉੱਥੇ ਕੀ ਦੱਸੀ ਜਿੱਦਾਂ ਦੇ ਨਰਕਾਂ ਵਿੱਚ ਥੱਲੇ ਗਏ ਸਾਰੇ ਪਿੰਡ 'ਚ ਇਦਾਂ ਦਾ ਹਾਲਾਤ ਵਾ ਸਾਰੇ ਪਿੰਡ ਦੇ ਹਾਲਾਤ ਕੋਈ ਗਰਾਈ ਕੀਤੀ ਕਰਾਂਗੇ ਸਭ ਗਰਾਈ ਕੀਤੀ ਆ ਪੈਸੇ ਕੱਢ ਕੇ ਦਿੱਤੇ ਆ ਗਰਾਈ ਕੀਤੀ ਜੀ ਆਪਾਂ ਦੋਵਾਂ ਕੱਢਿਆ ਕਿੱਥੇ ਕੇ ਪੈਸੇ ਸਾਰੇ ਉਹ ਭਾਜੀ ਉਹ ਕਰ ਦਾਂਗੇ ਉਹ ਫਿਰ ਆਦੇ ਸਰੇ ਜਾਨੀ ਦਵਾਈ ਤੁਸੀਂ ਹਾਂ ਗਰਾਟਾ ਗਰੋਂਟਾ ਆਈਆਂ ਜਿਹੜੀਆਂ ਵੀ ਤਾਂ ਛੱਪੜ ਛੱਪੜਾ ਦੀਆਂ ਹਾਂ ਜੀ ਆਈਆਂ ਜੀ ਕੀ ਕਿਨ ਬੋਲੀ ਹਾਂਜੀ ਹੁੰਦੀਆਂ ਗਰਾਂਡਾ ਜੀ ਹੁਣ ਤੁਹਾਡੀ ਪਿੰਡ ਕੋ ਕੰਮ ਚੱਲਦਾ ਹੋਵੇ ਹਾਂਜੀ ਗੜੀ ਬਣਦੀ ਜੇ ਬਰਲੇ ਪਾਸੇ ਚਾਪੜੇ ਲੈਂਦੇ ਪਾਸੇ ਚੜਦੇ ਜੀ ਅੱਛਾ ਜੀ ਹਾਂਜੀ ਬਣਦੀ ਇੱਧਰ ਤੁਹਾਡੇ ਵੱਲ ਕੋਈ ਬੜੀ ਦੇ ਤੱਕ ਕੋਈ ਗੱਲ ਨਹੀਂ ਜੀ ਹੈਗੀ ਕੋਈ ਦਾ ਛੱਪੜ ਦੇ ਆਲੇ ਦੁਆਲੇ ਜਿਹੜੀ ਮਿੱਟੀ ਪਾਈ ਆ ਤੇ ਕੋਈ ਤੱਕ ਇੱਟਾਂ ਨਹੀਂ ਲੱਗੀ ਇਹ ਨਾ ਜੀ ਮਿੱਟੀ ਨੇ ਪਾਈ ਆ ਸਾਰੀ ਸੰਗਤ ਨੇ ਗਰਾਈ ਕਰਕੇ ਅੱਛਾ ਜੀ ਇਹ ਜਿਹੜਾ ਰਾਹ ਕਿੱਧਰ ਨੂੰ ਨਿਕਲਦਾ ਵਾ ਹਾਂਜੀ ਇਹ ਸੜਕ ਦੇ ਉੱਤੇ ਨਿਕਲਦਾ ਭਾਜੀ ਠੀਕ ਆ ਜੀ ਹਾਂਜੀ ਤੇ ਇਦਾਂ ਲਾਗੇ ਸਕੂਲ ਵੀ ਹੈਗਾ ਸਕੂਲ ਵੀ ਹੈਗਾ ਪੈਸ ਹਾਂਜੀ ਜਦੋਂ ਕੋਈ ਬਾਰਿਸ਼ ਹੁੰਦੀ ਉਦੋਂ ਕਿੰਨੀ ਤੇ ਪ੍ਰੋਬਲਮ ਆਉਂਦੀ ਆ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਬੱਚੇ ਵਿਚਾਰੇ ਅੱਧੇ ਕਿ ਡਿੱਗ ਪੈਂਦੇ ਆ ਅੱਧੇ ਕਿ ਵਿਚਾਰੇ ਇਦਾਂ ਆ ਜਾਂਦੇ ਬੈਕ ਬੂਕ ਲਪੇੜ ਕੇ ਜੀ ਸਰਪੰਚ ਪੰਜਾਬ ਦੇ ਮੈਂਬਰਾਂ ਨੇ ਇਕੱਠਾ ਹੋ ਕੇ ਗੱਲਬਾਤ ਮੈਂ ਜੀ ਸਭ ਕੁਝ ਕਹਿ ਲਿਆ ਜੀ ਉਹ ਗੜੀ ਆਉਂਦੇ ਵੀ ਤੁਸੀਂ ਮੱਛੀਆਂ ਪਾਓ ਇੱਥੇ ਅੱਛਾ ਜੀ ਹਾਂਜੀ ਗਾਣੀਆਂ ਸਰਪੰਚ ਇਦਾਂ ਬੋਲਦੇ ਹਾਂਜੀ ਤੁਸੀਂ ਪੰਜਾਬ ਸਰਕਾਰ ਕੋ ਜਾਂ ਕਿਸ ਤਰ੍ਹਾਂ ਦੀ ਮੰਗ ਕਰਦੇ ਜੀ ਹਾਂਜੀ ਅਸੀਂ ਇਹਨੇ ਜੇ ਰਸਤੇ ਸਾਫ਼ ਹੋਣਾ ਚਾਹੀਦਾ ਪਾਣੀ ਦਾ ਗੰਦ ਨਿਬੜਨਾ ਚਾਹੀਦਾ ਹਾਂਜੀ ਹਾਂਜੀ ਅਸੀਂ ਜੀ ਵੇਖੋ ਜੀ ਭਗਵੰਤ ਮਾਨ ਗਾੜੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਡਾ ਇਹ ਮਸਲਾ ਹੱਲ ਹੋਣਾ ਚਾਹੀਦਾ ਸਾਡੀ ਕਿਤੇ ਸੁਣਾਈ ਨਹੀਂ ਗੀ ਹੁੰਦੀ ਅਸੀਂ ਜਿੰਨਾਂ ਵੱਲ ਵੀ ਜਾਂਦੇ ਹਾਂ ਜੀ ਸਾਨੂੰ ਗੜੀਓ ਮਜ਼ਾਕ ਕਰਦੇ ਬਜ਼ੁਰਗ ਬੰਦੇ ਹਾਂ ਡੰਗੋ ਡੰਗ ਖਾਣ ਡਿਆ ਸੀ ਹਜ਼ਾਰ ਰੁਪਈਆ ਹਜ਼ਾਰ ਰੁਪਈਆ ਘਰ ਪਰਤੀ ਦਿੱਤਾ ਇਹਨਾਂ